ਤੁਸੀਂ ਦੇਖ ਰਹੇ ਹੋ ਲਾਈਵ ਪਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਜੈਸਮੀਨ ਦੀ ਵੀਡੀਓ ਜੋ ਕਿ ਲੜਕੀ ਆਪਣੀ ਮਾਂ ਨਾਲ ਗੱਲ ਨਾ ਹੋਣ ਕਾਰਨ ਪਰੇਸ਼ਾਨ ਹੋ ਸਰਫਾਸ ਦੀਆਂ ਗੋਲੀਆਂ ਖਾਣ ਤੱਕ ਦੀ ਨੌਬਤ ਤੇ ਆ ਚੁੱਕੀ ਹੈ। ਬੱਚੀ ਤੇ ਦੋਵੇਂ ਭਰਾ ਤਿਆਰ ਨੇ ਆਪਣੀ ਜ਼ਿੰਦਗੀ ਖਤਮ ਕਰਨ ਲਈ। ਜੈਸਮੀਨ ਦੇ ਕਹਿਣ ਮੁਤਾਬਕ ਸਾਡੀ ਮੰਮੀ ਨਾਲ ਕਾਫੀ ਲੰਬੇ ਸਮੇਂ ਪਹਿਲਾਂ ਗੱਲ ਹੋਈ ਸੀ ਤੇ ਹੁਣ ਸਾਡੀ ਮੰਮੀ ਸਾਨੂੰ ਛੱਡ ਸਿੰਗਾਪੁਰ ਚਲੇ ਗਈ ਹੈ ਤੇ ਹੁਣ ਸਾਡੀ ਮੰਮੀ ਸਾਡੇ ਨਾਲ ਬਿਲਕੁਲ ਵੀ ਗੱਲ ਨਹੀਂ ਕਰ ਰਹੀ। ਤਾਂ ਮੰਮੀ ਦੇ ਨਾਲ ਗੱਲ ਕਰਨ ਨੂੰ ਬਹੁਤ ਹੀ ਦਿਲ ਕਰਦਾ ਹੈ। ਸਾਡੀ ਵੀਡੀਓ ਸਾਡੀ ਮੰਮੀ ਤੱਕ ਪਹੁੰਚਾਈ ਜਾਵੇ, ਨਹੀਂ ਤਾਂ ਅਸੀਂ ਜ਼ਹਿਰ ਖਾ ਆਪਣੀ ਜ਼ਿੰਦਗੀ ਖਤਮ ਕਰ ਲਵਾਂਗੇ। ਇਹਨਾਂ ਗੱਲਾਂ ਨੂੰ ਦੇਖਦੇ ਹੋਏ ਸਮਾਜ ਹਿੱਤ ਲਈ ਕੰਮ ਕਰ ਰਿਹਾ ਗਾਂਧੀ ਗਰੁੱਪ ਨੂੰ ਜੈਸਮੀਨ ਨੇ ਦਵਾਇਆ ਆਸ਼ਵਾਸਨ ਕਿ ਜਲਦ ਹੀ ਤੁਹਾਡੀ ਮੰਮੀ ਦੇ ਨਾਲ ਤੁਹਾਨੂੰ ਮਿਲਵਾਇਆ ਜਾਵੇਗਾ ਤੇ ਤੁਹਾਡੀ ਕਾਨੂੰਨ ਮੁਤਾਬਕ ਬਣਦੀ ਹਰ ਉਹ ਮਦਦ ਕੀਤੀ ਜਾਵੇਗੀ ਜੋ ਯੋਗ ਹੋਵੇਗੀ। ਇਸ ਦੌਰਾਨ ਜੈਸਮੀਨ ਨੇ ਨਵੀਂ ਵੀਡੀਓ ਵਿੱਚ ਕੀ ਕਿਹਾ ਆਓ ਦੇਖਦੇ ਹਾਂ। ਜਲੰਧਰ ਤੋਂ ਪੱਤਰਕਾਰ ਕਮਲ ਦੀ ਰਿਪੋਰਟ। ਮੈਂ ਜੈਸਮੀਨ ਕੌਰ ਪਿੰਡ ਲੌਂਗੋਵਾਲ ਤੋਂ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਅਸੀਂ ਪਹਿਲਾਂ ਵੀ ਵੀਡੀਓਜ ਬਣਾ ਕੇ ਪਾਈਆਂ ਸੀ ਤੇ ਮੇਰੇ ਮੰਮਾ ਬਾਹਰ ਗਏ ਹੋਏ ਆ ਸਿੰਗਾਪੁਰ ਨੇ ਜੋ, ਤੇ ਉਹਨਾਂ ਨੂੰ 7 ਸਾਲ ਹੋ ਚੁੱਕੇ ਨੇ ਤੇ ਸਾਡੇ ਨਾਲ ਉਹਨਾਂ ਦਾ ਕੋਈ ਕੰਟੈਕਟ ਨਹੀਂ ਹੋ ਰਿਹਾ, ਕੋਈ ਗੱਲਬਾਤ ਨਹੀਂ ਹੋ ਰਹੀ। ਤਾਂ ਜੇ ਅਸੀਂ ਨਾਨਾ ਜੀ ਨੂੰ ਪੁੱਛਦੇ ਹਾਂ ਤੇ ਉਹ ਵੀ ਅੱਗੋਂ ਸਾਨੂੰ ਪੁੱਠਾ ਹੀ ਬੋਲਦੇ ਆ। ਆਹ ਮੇਰੇ ਮੰਮਾ ਨੇ ਮਨਜੀਤ ਕੌਰ ਜੋ ਕਿ ਇਸ ਟਾਈਮ ਸਿੰਗਾਪੁਰ 'ਚ ਨੇ, ਸਾਨੂੰ ਪਤਾ ਨਹੀਂ ਕਿੱਥੇ ਨੇ, ਕਿਹਦੇ ਨਾਲ ਰਹਿ ਰਹੇ ਨੇ ਤੇ ਕਿਹਦੇ ਕੋਲ ਰਹਿ ਰਹੇ ਨੇ। ਬਸ ਮੰਮੀ ਮੇਰਾ ਇੱਕ ਹੀ ਕੁਐਸਚਨ ਆ ਤੁਹਾਨੂੰ ਕਿ ਜੇ ਸਾਡੇ ਨਾਲ ਏਦਾਂ ਹੀ ਕਰਨਾ ਸੀ, ਸਾਨੂੰ ਏਦਾਂ ਛੱਡ ਕੇ ਜਾਣਾ ਸੀ, ਰੋਲ ਕੇ ਜਾਣਾ ਸੀ, ਫਿਰ ਸਾਨੂੰ ਜੰਮਿਆ ਹੀ ਕਿਉਂ ਸੀ? ਸਾਨੂੰ ਉਹਦੀ ਮਾਰ ਦਿੰਦੇ ਕੀ ਲੋੜ ਸੀ ਸਾਡੀ? ਸਾਨੂੰ ਜੰਮਿਆ ਕਿਉਂ ਸੀ ਜੇ ਲੋੜ ਹੀ ਨਹੀਂ ਸੀ ਸਾਡੀ? ਜੇ ਰੋਲ ਕੇ ਜਾਣਾ ਸੀ ਸਾਨੂੰ, ਤੇ ਜੇ ਅਸੀਂ ਨਾਨਾ ਜੀ ਨੂੰ ਵੀ ਪੁੱਛਦੇ ਆ ਤੇ ਉਹ ਵੀ ਅੱਗੋਂ ਪੁੱਠਾ ਹੀ ਬੋਲਦੇ ਆ, ਤੇ ਹੁਣ ਅਸੀਂ ਕੀ ਕਰੀਏ? ਆ ਮੇਰੇ ਕੋਲ ਸਲਫਾਸ ਦੀਆਂ ਗੋਲੀਆਂ ਨੇ ਇਸ ਦੇ ਵਿੱਚ, ਤੇ ਮੰਮੀ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੈ। ਨਹੀਂ ਆ ਸਲਫਾਸ ਦੀਆਂ ਗੋਲੀਆਂ ਤਾਂ ਹੈਗੀਆਂ ਹੀ ਨੇ ਮੇਰੇ ਕੋਲ, ਮੈਂ ਖਾਊਂ ਨਾਲੇ ਮੇਰਾ ਛੋਟਾ ਭਰਾ ਖਾਊਗਾ, ਅਸੀਂ ਦੋਵੇਂ ਆ ਸਲਫਾਸ ਦੀਆਂ ਗੋਲੀਆਂ ਖਾ ਕੇ ਮਰਾਂਗੇ ਹੁਣ, ਤੇ ਜੇ ਸਾਨੂੰ ਬਚਾਉਣਾ ਤਾਂ ਆ ਕੇ ਬਚਾ ਸਕਦੇ ਹੋ। ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਆ ਸਿਰਫ, ਜੇ ਆਉਣਾ ਹੋਵੇ ਨਾ ਮੰਮੀ ਤੁਸੀਂ 2 ਦਿਨ ਚ ਵੀ ਇੱਥੇ ਆ ਸਕਦੇ ਹੋ। ਤੁਸੀਂ ਕਹਿੰਦੇ ਹੁੰਦੇ ਸੀ ਨਾ ਕਿ ਮੈਂ ਤੁਹਾਡੇ ਕੋਲ ਹੀ ਆਉਂਗੀ, ਕਿੰਨਾ ਟਾਈਮ ਹੋ ਗਿਆ ਜਦੋਂ ਆਪਣੀ ਪਹਿਲਾਂ ਗੱਲ ਹੁੰਦੀ ਸੀ, ਤੁਸੀਂ ਉਦੋਂ ਕਿਹਾ ਸੀ ਮੈਨੂੰ ਕਿ ਮੈਂ ਤੁਹਾਡੇ ਕੋਲ ਹੀ ਆਉਂਗੀ, ਤੁਹਾਡੇ ਨਾਲ ਹੀ ਰਹਿਣਾ, ਪਰ ਤੁਸੀਂ ਹਜੇ ਤੱਕ ਨਹੀਂ ਆਏ ਹੈਗੇ, 7 ਸਾਲ ਹੋ ਚੁੱਕੇ ਨੇ ਤੁਹਾਨੂੰ ਗਿਆਂ ਨੂੰ। ਜੇ ਕੱਲ ਨੂੰ ਸਾਨੂੰ ਕੁਛ ਵੀ ਹੁੰਦਾ ਤਾਂ ਸਾਡੀ ਮੌਤ ਦੇ ਜ਼ਿੰਮੇਵਾਰ ਮੇਰੇ ਨਾਨਾ ਜੀ ਮਲਕੀਤ ਸਿੰਘ, ਮੇਰੇ ਮਾਸੀ ਮਾਸੜ, ਇਹ ਤਿੰਨੇ ਮੇਰੇ ਤੇ ਜਾਂ ਮੇਰੇ ਪਰਿਵਾਰ ਨੂੰ ਜੇ ਕੁਛ ਵੀ ਹੁੰਦਾ ਤਾਂ ਸਾਡੀ ਮੌਤ ਦੇ ਜ਼ਿੰਮੇਵਾਰ ਇਹ ਹੋਣਗੇ। ਬਸ ਮੰਮੀ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੈ ਸਿਰਫ। ਮੇਰੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਵੀਰੇ ਮੈਂ ਤਕਰੀਬਨ 10 ਕੁ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਮੇਰੇ ਮੰਮਾ ਸਿੰਗਾਪੁਰ ਗਏ ਹੋਏ ਨੇ, ਤੇ ਵੀਰੇ ਉਹ ਵੀਡੀਓ ਵੇਖ ਕੇ ਵੀ ਸਾਡੀ ਕਿਸੇ ਨੇ ਹੈਲਪ ਨਹੀਂ ਕੀਤੀ ਹੈਗੀ, ਸਾਡੀ ਹੈਲਪ ਕੀਤੀ ਆ ਤੇ ਸਿਰਫ ਗਾਂਧੀ ਗਰੁੱਪ ਨੇ ਹੀ ਹੈਲਪ ਕੀਤੀ ਆ। ਉਹ ਸਾਡੀ ਪੂਰੀ ਹੈਲਪ ਕਰ ਰਹੇ ਨੇ ਹੁਣ ਉਹ ਵੀਰੇ ਗਾਂਧੀ ਗਰੁੱਪ ਵਾਲੇ, ਜਿਨ੍ਹਾਂ ਦੇ ਨਾਮ ਹੈਗੇ ਨੇਗੇ ਅਮਨ ਵੀਰਾ ਫਿਰੋਜ਼ਪੁਰ ਤੋਂ, ਸੈਂਟੀ ਵੀਰਾ ਖੰਨੇ ਤੋਂ, ਕੁਲਵਿੰਦਰ ਵੀਰਾ ਜਲੰਧਰ ਤੋਂ, ਲੱਕੀ ਵੀਰਾ ਚੰਡੀਗੜ੍ਹ ਤੋਂ। ਇਹ 4 ਜਣੇ ਵੀਰੇ ਸਾਡੀ ਪੂਰੀ ਹੈਲਪ ਕਰ ਰਹੇ ਨੇ, ਇਹਨਾਂ ਨੇ ਸਾਡਾ ਅੱਧਾ ਕੰਮ ਤਾਂ ਕਰਤਾ, ਤੇ ਮੈਨੂੰ ਉਮੀਦ ਆ ਪੂਰੀ ਕਿ ਸਾਡਾ ਜਿਹੜਾ ਬਾਕੀ ਦਾ ਅੱਧਾ ਕੰਮ ਰਹਿੰਦਾ ਉਹ ਵੀ ਜ਼ਰੂਰ ਕਰਨਗੇ। ਇਹ ਸਾਡੀ ਪੂਰੀ ਹੈਲਪ ਕਰ ਰਹੇ ਨੇ ਵੀਰੇ ਮੇਰੇ ਮੰਮਾ ਨੂੰ ਲਿਆਉਣ ਵਿੱਚ, ਤੇ ਵੀਰੇ ਮੈਂ ਇਹਨਾਂ ਨੂੰ ਸਪੈਸ਼ਲ ਥੈਂਕ ਯੂ ਕਹਿੰਦੀ ਹਾਂ ਕਿ ਇਹ ਵੀਰੇ ਸਾਡੀ ਇੰਨੀ ਹੈਲਪ ਕਰ ਰਹੇ ਨੇ। ਸਾਡੀ ਕਿਸੇ ਪੁਲਿਸ ਪ੍ਰਸ਼ਾਸਨ ਨੇ, ਕਿਸੇ ਵੀ ਪਾਰਟੀ ਨੇ ਜੋ ਕਿ ਅੱਜ ਕੱਲ੍ਹ ਆਮ ਆਦਮੀ ਪਾਰਟੀ ਚੱਲ ਰਹੀ ਹੈ ਸਾਡੀ, ਉਹਨਾਂ ਨੇ ਵੀ ਕੋਈ ਹੈਲਪ ਨਹੀਂ ਕੀਤੀ।
साड़ी हेल्प सिर्फ गांधी ग्रुप दे वीरे कर रहे ने तां वीरे थैंक यू तुहाडा बहुत बहुत कि साड़ी इन्नी हेल्प कर रहे हो तुसी।